ਪਿੰਡ ਤਲਵੰਡੀ ਬਿਰਕ ਤੋਂ ਆਪਣੀ ਭੈਣ ਨੂੰ ਮਿਲ ਕੇ ਘਰ ਵਾਪਸ ਆ ਰਹੇ ਗੁਰਦਾਸਪੁਰ ਦੇ ਪਿੰਡ ਧੂਪਸੜੀ ਦੇ ਰਹਿਣ ਵਾਲੇ ਨੌਜਵਾਨ ਹੀਰਾ ਚੰਦ ਧਾਰੀਵਾਲ ਦੇ ਪਿੰਡ ਪੀਰ ਸੈਣ ਬਾਈਪਾਸ ਨੇੜੇ ਟਰੈਕਟਰ ਦੀਆਂ ਤਵੀਆਂ ਦੇ ਨਾਲ ਵੱਜਣ ਕਾਰਨ ਜ਼ਖਮੀ ਹੋ ਗਿਆ ਤੇ ਇਲਾਜ ਦੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਕੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਮੈਨੂੰ ਜਗਤਾਰ ਚੰਦ, ਪਿੰਡ ਧੂਪਸੜੀ। ਮੇਰਾ ਬੇਟਾ ਆਪਣੀ ਭੈਣ ਨੂੰ ਮਿਲ ਲਈ ਗਿਆ ਤੇ ਭੈਣ ਨੂੰ ਮਿਲ ਕੇ ਤੇ 6 ਵਜੇ ਤੋਂ ਬਾਅਦ ਵਾਪਸ ਆਇਆ। ਇੱਧਰੋਂ ਇੱਕ ਟਰੈਕਟਰ ਨੇ ਵਧਾ ਬਹੁਤ ਜ਼ਿਆਦਾ ਕੀਤਾ ਸੀ ਤੇ ਉਹ ਮੇਰੇ ਬੇੜੇ ਦੇ ਮਾਰ ਕੇ ਬੇੜੇ ਮੇਰੇ ਨੂੰ ਸੁੱਟ ਗਿਆ, ਆਪ ਨਿਕਲ ਗਿਆ। ਮੈਂ ਮਾਤਰ ਸਾਥੀ ਹਾਂ ਤੇ ਮੇਰੀ ਕੋਈ ਸੁਣਾਈ ਨਹੀਂ ਕਰਨ ਰਿਹਾ ਤੇ ਮੇਰਾ ਥੋੜ੍ਹੀ ਇਨਸਾਫ ਦਿੱਤਾ ਜਾਵੇ। ਮੇਰਾ ਤੁਹਾਡਾ ਕੀ ਨਾਮ? ਮੇਰਾ ਨਾਮ ਜਗਤਾਰ ਚੰਦ। ਸਾਡੇ ਪਿੰਡ ਦੇ ਬੱਚੇ ਸੀ, ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਸੀ। ਉਹ ਆਪਣੇ ਭੈਣ ਕੋਲ ਆਏ ਸੀ ਤੇ ਵਾਪਸ ਘਰ ਨੂੰ ਜਾ ਰਹੇ ਸੀ। ਇਹ ਟਰੈਕਟਰ ਵਾਲਾ ਯਕਦਮ ਤਾਂ ਚੜਿਆ, ਇਹਨਾਂ ਨੂੰ ਆਪਣੇ ਵਧਾਇਆ ਹੋਇਆ ਤਵੇ ਲਾਏ ਗੈਰ ਕਾਨੂੰਨ, ਗੈਰ ਕਾਨੂੰਨੀ ਵਾਧੂ ਜਿਹੜਾ ਲੋਹਾ ਲਾਇਆ ਹੋਇਆ ਨਾਲ, ਉਹਦੇ ਨਾਲ ਵੱਜ ਕੇ ਬੰਦੇ ਦਾ ਜੋ ਪੇਟ ਬਾਹਰ ਆ ਗਿਆ, ਆਂਦਰਾ ਸਪੇਸ ਬਾਹਰ ਹੋ ਗਿਆ। ਬੜੀ ਮਾੜੀ ਘਟਨਾ ਹੋਈ ਆ, ਪਿੰਡ 'ਚ ਸੋਗ ਦੀ ਲਹਿਰ ਚੱਲਣ ਦੀ ਆ। ਔਰ ਬਹੁਤ ਗਰੀਬ ਪਰਿਵਾਰ ਆ ਜਿਹਨਾਂ ਇਹ ਹਾਦਸਾ ਹੋਇਆ ਤੇ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਇਹੋ ਜਿਹੇ ਜਿਹੜੇ ਗੈਰ ਕਾਨੂੰਨੀ ਆ, ਜਿਹੜਾ ਆਪਾਂ ਵਾਧੂ ਲੋਹਾ ਲਾਇਆ ਜਿਹਨੂੰ ਮਤਲਬ ਬੰਦਾ ਮਾਰਗ ਸੁੱਟਦਾ, ਇਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਪੁਲਿਸ ਗਈ ਮੌਕੇ ਤੇ, ਉਹ ਰਾਤੀ ਆਪਣੇ ਬੱਚੇ ਦੀ ਲਾਸ਼ ਚੁੱਕ ਕੇ ਜਿਹੜੀ ਆ ਆਪਣੇ ਗੁਰਦਾਸਪੁਰ ਜਿਹੜੀ ਆ ਸਿਵਲ ਅਫਸਰ ਖੜਿਆ ਉੱਥੇ, ਉਹਨਾਂ ਨੇ ਡਾਕਟਰ ਨੇ ਉਹਨੂੰ ਜਿਹੜਾ ਮਿਰਤ ਕੋਸ਼ਿਸ਼ ਕਰ ਦਿੱਤਾ। ਅਸੀਂ ਥਾਣਾ ਆਪਣੇ ਧਾਰੀਵਾਲ 'ਚ ਐਸ ਐਸ ਓ ਸਾਹਿਬ ਨੂੰ ਮਿਲੇ ਹਾਂ, ਉਹਨਾਂ ਨੇ ਮੌਕੇ ਟਰੈਕਟਰ ਫੜ ਕੇ ਥਾਣੇ ਅੰਦਰ ਦਿੱਤਾ ਤੇ ਪਰਿਵਾਰ ਵਿਲਕਦਾ। ਇਹ ਬਹੁਤ ਮਾੜਾ ਗਰੀਬ ਪਰਿਵਾਰ ਹੈ ਜੋ ਇਹਨਾਂ ਜੋ ਘਟਨਾ ਵਾਪਰੀ ਆ। ਉਹ ਫੜ ਲਿਆ ਜੀ, ਫੜ ਲਿਆ, ਟਰੈਕਟਰ ਫੜ ਲਿਆ, ਬੰਦਾ ਵੀ ਅੰਦਰ ਆ। ਪੁਲਿਸ ਆਪਣੀ ਕਾਰਵਾਈ ਜਾਰੀ ਆ, ਪੁਲਿਸ ਕਰ ਰਹੀ ਕਾਰਵਾਈ ਤੇ ਪੁਲਿਸ ਕਹਿੰਦੀ ਤੁਹਾਨੂੰ ਇਨਸਾਫ਼ ਪੂਰਾ ਦਵਾਇਆ ਜਾਵੇਗਾ। ਰਾਤੀ ਕੁਛ 6 ਵਜੇ ਹੋਇਆ ਸੀ ਜੀ। ਹੀਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਧੂਪਸੜੀ। ਮੈਂ ਏਐਸਏ ਬਲਵੀਰ ਸਿੰਘ ਥਾਣਾ ਧਾਰੀਵਾਲ ਵਿਖੇ ਤਫਤੀਸ਼ੀ ਅਫਸਰ ਡਿਊਟੀ ਨਿਭਾ ਰਿਹਾ ਤੇ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਆ ਸ਼ਾਮੀ 7 ਵਜੇ ਨਾਲ ਕਿ ਪੀਰ ਦੀ ਸੈਣ ਬਾਈਪਾਸ ਦੇ ਨੇੜੇ ਕਿਸੇ ਨੌਜਵਾਨ ਲੜਕੇ ਦਾ ਐਕਸੀਡੈਂਟ ਹੋਇਆ। ਅਸੀਂ ਮੌਕੇ 'ਤੇ ਪਹੁੰਚੇ ਹਾਂ ਪਰ ਸਾਡੇ 'ਤੇ ਪਹੁੰਚਣ ਤੋਂ ਪਹਿਲਾਂ ਹੀ 108 ਐਂਬੂਲੈਂਸ ਵਾਲੇ ਉਹ ਲੜਕੇ ਨੂੰ ਉਠਾ ਕੇ ਸਿਵਲ ਹੋਸਪਿਟਲ ਲੈ ਗਏ ਨੇ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਮੌਕੇ ਸਿਵਲ ਹੋਸਪਿਟਲ ਗਏ ਹਾਂ। ਸਿਵਲ ਹੋਸਪਿਟਲ ਜਾ ਕੇ ਪਤਾ ਕੀਤਾ ਲੜਕੇ ਦਾ ਦੌਰਾਨੇ ਟ੍ਰੀਟਮੈਂਟ ਉਹਦੀ ਡੈਥ ਹੋ ਗਈ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਬਿਆਨ ਲੈਣੇ ਚਾਹੇ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਜੋ ਲੜਕਾ ਨਾਲ ਉਸਦੇ ਸਾਥੀ ਬੈਠਾ ਸੀ ਮੋਟਰਸਾਈਕਲ ਦੇ ਪਿੱਛੇ ਉਹ ਸਦਮੇ ਵਿੱਚ ਉਹਦੇ ਵੀ ਗੁੱਝੀਆਂ ਸੱਟਾਂ ਲੱਗੀਆਂ, ਉਹ ਬਿਆਨ ਦੇਣ ਦੇ ਕਾਬਲ ਨਹੀਂ ਸੀ। ਇਹ ਐਕਸੀਡੈਂਟ ਧਾਰੀਵਾਲ ਬਾਈਪਾਸ ਦੇ ਨੇੜੇ ਪੀਰ ਦੀ ਸੈਂਤ ਰੋਡ ਜਾਂਦੀ ਹੈ ਧਾਰੀਵਾਲ ਸਾਹਿਬ ਨੂੰ, ਕਾਲੇ ਸਾਹ ਦੀ ਕੋਠੀ ਆ ਉਹਦੇ ਨਜ਼ਦੀਕ ਹੋਇਆ ਐਕਸੀਡੈਂਟ। ਇਹ ਐਕਸੀਡੈਂਟ ਟਰੈਕਟਰ ਦੇ ਨਾਲ ਹੋਇਆ ਹੈ। ਮਤਲਬ ਇਹ ਲੜਕਾ ਆ ਰਿਹਾ ਸੀ ਆਪਣੇ ਸਿਸਟਰ ਦੀ ਵਿਆਹੀ ਆ ਤਲਵੰਡੀ ਬਿਰਕ ਅਤੇ ਤਲਵੰਡੀ ਬਿਰਕ ਤੋਂ ਧਾਰੀਵਾਲ ਸਾਹਿਬ ਨੂੰ ਆ ਰਿਹਾ ਸੀ, ਇਹਨੇ ਆਪਣੇ ਪਿੰਡ ਧੂਪਸੜੀ ਜਾਣਾ ਸੀ, ਉੱਥੇ ਰਸਤੇ ਵਿੱਚ ਇਹਦਾ ਐਕਸੀਡੈਂਟ ਹੋ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਸਾਡੇ? ਅਸੀਂ ਹੁਣ ਟਰੈਕਟਰ ਦਾ ਉਦੋਂ ਕਬਜ਼ੇ 'ਚ ਲੈ ਰਹੇ ਹਾਂ, ਟਰੈਕਟਰ ਨੂੰ ਅਤੇ ਦੋਸ਼ੀ ਨੂੰ ਵੀ ਲੱਭ ਰਹੇ ਹਾਂ ਅਤੇ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਏਗੀ, ਜੋ ਬਿਆਨ ਲਿਖਵਾਉਣਗੇ, ਜੋ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਕਾਰਵਾਈ। ਜਿਹਦੀ ਮੌਤ ਹੋਈ ਆ ਉਹ ਹੀਰਾ ਲਾਲ ਆ, ਪੁੱਤਰ ਕਰਤਾਰ ਚੰਦ ਧੂਪਸੜੀ ਦਾ।